ਕਾਂਡ ਤੀਜਾ। ਫਾਤਮਾ ਨੇ ਮੁੱਦਤ ਤੀਕ ਪਤੀ ਦੀਆਂ ਅਨੀਤੀਆਂ ਦਾ ਦੁੱਖ ਸਹਾਰਿਆ, ਪਰ ਇੱਕ ਦਿਨ ਇਸਨੇ ਕਾਬਲ ਦੀ ਪਟਰਾਣੀ ਨੂੰ ਮਿਲ ਕੇ ਅਮੀਰ ਕਾਬਲ ਦੇ ਕੰਨਾਂ ਤੀਕ ਪਤੀ ਦੇ ਬੁਰੇ ਕੰਮਾਂ ਦੀ ਖਬਰ ਪਹੁੰਚਾਈ। ਅਮੀਰ ਨੇ ਉਸ ਨੂੰ ਬੁਲਾ ਕੇ ਕਰੜੀ ਝਾੜ ਪਾਈ। ਝਾੜ ਖਾ ਕੇ ਸਿੱਧੇ ਹੋਣ ਦੀ ਥਾਂ ਖਾਨ ਸਾਹਿਬ ਨੂੰ ਇਸ ਗੱਲ ਦੀ ਖੋਜ ਦੀ ਧੁਨ ਸਮਾਈ ਕਿ ਅਮੀਰ ਸਾਹਿਬ ਦੇ ਕੰਨਾਂ ਤੀਕ ਖਬਰ ਪਹੁੰਚਾਉਣ ਵਾਲੇ ਦਾ ਥੌ ਕੱਢਾਂ। ਸੋ ਅੰਤ ਉਸਨੂੰ ਪਤਾ ਮਿਲ ਗਿਆ ਕਿ ਇਹ ਮੇਰੀ ਵਹੁਟੀ ਦਾ ਹੀ ਕਾਰਾ ਹੈ। ਇਹ ਖਬਰ ਪਾ ਕੇ ਇੱਕ ਦਿਨ ਰਾਤ ਵੇਲੇ ਨਸ਼ੇ ਵਿੱਚ ਚੂਰ ਹੋਏ ਨੇ ਵਹੁਟੀ ਦੇ ਅੰਦਰ ਵੜ ਕੇ ਤਲਵਾਰ ਧੂ ਲਈ। ਭਾਗਾਂ ਨੂੰ ਫਾਤਮਾ ਜਾਗਦੀ ਬੈਠੀ ਸੀ। ਪਤੀ ਦੇ ਹੱਥ ਤਲਵਾਰ ਦੇਖਦਿਆਂ ਸਾਰ ਉਸ ਦੀਆਂ ਡਾਡਾਂ ਨਿਕਲ ਗਈਆਂ। ਉੱਧਰੋਂ ਸਤਵੰਤ ਕੌਰ ਜਾਗ ਉੱਠੀ। ਉਸ ਜਰਵਾਣੇ ਨੂੰ ਤੀਵੀਂਪੁਰ ਤਲਵਾਰ ਚੁੱਕੇ ਹੋਏ ਦੇਖ ਕੇ ਸਿੱਖ ਕੰਨਿਆਂ ਨੂੰ ਧਰਮ ਦਾ ਰੋਹ ਉਮਲ ਪਿਆ। ਝਟਪਟ ਪਿੱਛੇ ਵਾਰ ਹੋ ਕੇ ਖਾਨ ਦੀ ਲੱਤ ਐਸੇ ਜ਼ੋਰ ਨਾਲ ਝਟਕੀ ਕਿ ਉਹ ਚੁਫਾਲ ਜਾ ਪਿਆ ਔਰ ਤਲਵਾਰ ਹੱਥੋਂ ਨਿਕਲ ਗਈ। ਕੰਨਿਆਂ ਨੇ ਡਿੱਗੇ ਪਏ ਨੂੰ ਹੁਣ ਐਸਾ ਦਬਾਇਆ ਕਿ ਉੱਠਣੇ ਜੋਗਾ ਨਾ ਰਹੇ। ਇਸ ਹਿੰਮਤ ਨੂੰ ਦੇਖ ਕੇ ਪਠਾਣੀ ਨੂੰ ਵੀ ਹੌਸਲਾ ਭਰ ਆਇਆ ਅਤੇ ਉਸਨੇ ਵੀ ਆ ਦਬਾਇਆ। ਦੋਹਾਂ ਨੇ ਰਲ ਕੇ ਉਸ ਦੀਆਂ ਮੁਸ਼ਕਾਂ ਕੱਸ ਲਈਆਂ। ਕੁਝ ਚਿਰ ਮਗਰੋਂ ਨਸ਼ੇ ਵਿੱਚ ਗੁੱਟ ਨਸ਼ਈ ਬੇਹੋਸ਼ ਹੋ ਗਿਆ ਔਰ ਘੁਰਾੜੇ ਮਾਰਦੇ ਦੀ ਰਾਤ ਬਤੀਤ ਹੋਣ ਲੱਗੀ। ਪਰ ਦਿਨ ਤੋਂ ਪਹਿਲੇ ਤ੍ਰਿਮਤਾ ਨੇ ਉਸ ਦੀਆਂ ਮੁਸ਼ਕਾਂ ਖੋਲ੍ਹ ਦਿੱਤੀਆਂ। ਜੋ ਸਵੇਰੇ ਮੁਸ਼ਕਾਂ ਤੱਕ ਕੇ ਰਾਤ ਦੀ ਗੱਲ ਉਸਨੂੰ ਚੇਤੇ ਨਾ ਆਵੇ। ਸੱਚਮੁੱਚ ਨਸ਼ੇ ਦੀ ਟੋਟ ਵਿੱਚ ਜਾਗੇ ਹੋਏ ਨੂੰ ਰਾਤ ਦੀ ਬੀਤੀ ਚੇਤੇ ਨਾ ਆਈ। ਆਪਣੀ ਟੋਟ ਦੀ ਧੁੰਨ ਵਿੱਚ ਹੋਰ ਪੀਤੀ ਔਰ ਬਾਗ ਨੂੰ ਚਲਿਆ ਗਿਆ। ਸਾਰਾ ਦਿਨ ਬਹਾਰਾਂ ਵਿੱਚ ਬੀਤਿਆ। ਰਾਤ ਨੂੰ ਫੇਰ ਘਰ ਆਇਆ। ਵਹੁਟੀ ਨੂੰ ਦੇਖ ਕੇ ਚੇਤਾ ਆਇਆ ਕਿ ਇਸੇ ਨੇ ਅਮੀਰ ਸਾਹਿਬ ਨੂੰ ਖਬਰ ਪਹੁੰਚਾਈ ਸੀ। ਫੇਰ ਵਾਰ ਕੀਤੋਸ, ਪਰ ਬਹਾਦਰ ਸਿੰਘਣੀ ਅਤੇ ਫਾਤਮਾ ਅੱਜ ਅੱਗੇ ਹੀ ਤਿਆਰ ਸਨ। ਹਿੰਮਤ ਅਤੇ ਹੌਂਸਲੇ ਨੇ ਮਦਦ ਦਿੱਤੀ। ਸਿੰਘ ਕੰਨਿਆਂ ਦੀ ਮਦਦ ਨੇ ਪਠਾਣੀ ਨੂੰ ਫੇਰ ਬਚਾ ਲਿਆ। ਤੀਸਰੇ ਦਿਨ ਆਪ ਘਰ ਹੀ ਨਾ ਵੜੇ ਅਤੇ ਕਈ ਦਿਨ ਨਾ ਵੜੇ। ਗੱਲ ਕੀ, ਵੈਲਦਾਰੀਆਂ ਵਿੱਚ ਰੁਪਈਆ ਆਪਣਾ ਅਤੇ ਸਰਕਾਰੀ ਸਾਰਾ ਬਰਬਾਦ ਹੁੰਦਾ ਗਿਆ। ਮਾਲਕ ਦੇ ਕਹਿਣ ਦਾ ਵੀ ਅਸਰ ਨਾ ਹੋਇਆ। ਸ਼ਰਾਬ ਕੋਈ ਐਸਾ ਵਿਕਾਰ ਨਹੀਂ ਕਿ ਲੱਗੇ ਅਤੇ ਫਿਰ ਛੇਤੀ ਛੁੱਟ ਜਾਏ। ਇਹ ਐਸੀ ਖਿੱਚ ਵਾਲੀ ਚੀਜ਼ ਹੈ ਕਿ ਇੱਕ ਵੇਰ ਮੂੰਹ ਨੂੰ ਲੱਗੀ ਹੋਈ ਮਗਰੋਂ ਨਹੀਂ ਲੈਂਦੀ। ਜੋ ਲੋਕ ਇਸ ਦੇ ਮੰਦਰ ਪੁਰ ਗਏ, ਜਾਨ, ਮਾਲ, ਇੱਜ਼ਤ, ਧਰਮ, ਲੋਕ ਪਰਲੋਕ ਸਭ ਕੁਝ ਮਣਸਕੇ ਵੀ ਨਹੀਂ ਮੁੜੇ। ਇਸੇ ਤਰ੍ਹਾਂ ਖਾਨ ਦਾ ਹਾਲ ਹੋਇਆ। ਜਦ ਤੱਕ ਰੁਪਈਆ ਖੁੱਲ੍ਹਾ ਰਿਹਾ ਨਿਭਦੀ ਗਈ, ਤਦ ਤੱਕ ਵਿਰੋਧੀ ਵੀ ਨਾ ਕੁਝ ਬੋਲ ਸਕੇ। ਪਰ ਜਦ ਹੁਣ ਆਪਣਾ ਰੁਪਈਆ ਮੁੱਕ ਕੇ ਸਰਕਾਰੀ ਰੁਪਈਏ ਨੂੰ ਹੱਥ ਪੈਣ ਲੱਗਾ, ਤਦ ਕੀ ਬਣੇ? ਹੌਲੀ ਹੌਲੀ ਸੱਜਣ ਵੈਰੀ ਬਣਨ ਲੱਗੇ ਔਰ ਵੈਰੀ ਬਦਲੇ ਲੈਣ ਦਾ ਸਮਾਂ ਸਮਝ ਕੇ ਵਾਰ ਕਰਨ ਲੱਗੇ। ਇੱਥੋਂ ਤੀਕ ਕਿ ਸਰਕਾਰੀ ਗਬਨ ਦਾ ਹਾਲ ਸਰਕਾਰੇ ਮਾਲੂਮ ਹੋ ਗਿਆ। ਖਾਨ ਸਾਹਿਬ ਫੜੇ ਗਏ ਔਰ ਹਵਾਲਾਤ ਪਹੁੰਚੇ। ਘਰ ਬਾਰ ਜ਼ਬਤ ਹੋ ਗਏ ਅਤੇ ਫਾਤਮਾ ਨੂੰ ਅਮੀਰ ਸਾਹਿਬ ਦੀ ਕੋਈ ਦੂਰ ਨੇੜੇ ਦੀ ਸਾਖ ਹੋਣ ਕਰਕੇ ਘਰ ਮਿਲਿਆ ਰਿਹਾ ਅਤੇ ਗੁਜ਼ਾਰੇ ਵਾਸਤੇ ਕੁਝ ਰੁਪਈਆ ਮਿਲਦਾ ਰਿਹਾ। ਬਾਕੀ ਦਾ ਸਭ ਮਾਲ ਮੱਤਾ ਸਰਕਾਰੀ ਖਜ਼ਾਨੇ ਵਿੱਚ ਜਾ ਪਿਆ। ਇੱਕ ਖਾਸ ਹਾਕਮ ਪੜਤਾਲ ਕਰਨ ਲੱਗਾ। ਪੜਤਾਲ ਵਿੱਚ ਖੁਨਾਮੀਆਂ ਨਿਕਲੀਆਂ। ਉੱਤੋਂ ਵੈਰੀਆਂ ਦਾ ਪਾਣੀ ਚੜ੍ਹ ਗਿਆ ਔਰ ਖਾਨ ਸਾਹਿਬ ਨੂੰ ਨਿਮਕ ਹਰਾਮੀ ਵਿੱਚ ਕਤਲ ਕਰਨੇ ਦਾ ਹੁਕਮ ਹੋ ਗਿਆ।